ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਜਿਵੇਂ ਕਿ ਤੁਹਾਨੂੰ ਸਾਡੀਆਂ ਰੈਸਪੀਆਂ ਸਾਡੀਆਂ ਵੀਡੀਓ ਦੇਖਣੀਆਂ ਪਸੰਦ ਆ ਤਾਂ ਉਹਦੇ ਕਰਕੇ ਕੋਈ ਨਾ ਕੋਈ ਪਲੈਨਿੰਗ ਸੇਮ ਸਭ ਕਰਦੇ ਰਹਿੰਦੇ ਆ ਕੋਈ ਨਾ ਕੋਈ ਵੀਡੀਓ ਦੀ ਜਾਂ ਕੋਈ ਰੈਸਪੀ ਦੀ ਇਹ ਦੱਸਦੇ ਹੁੰਦੇ ਆ ਵੀ ਆਪਾਂ ਇਹ ਬਣਾ ਲਾਂਗੇ ਤਾਂ ਫਿਰ ਇਸੇ ਇਸੀ ਡਿਮਾਂਡ ਨੂੰ ਪੂਰੇ ਕਰਦੇ ਹੋਏ ਸਿੰਘ ਸਭਾ ਲੈ ਕੇ ਆਏ ਸੀਗੇ ਕੋਸਕੋ ਤੋਂ ਲੈ ਕੇ ਆਏ ਸੀ ਨਾ ਜੀ ਹਾਂ ਇਹ ਕੋਸਕੋ ਤੋਂ ਲੈ ਕੇ ਆਏ ਸੀਗੇ ਚੋਕਲੇਟ ਚਿਪਸ ਤਾਂ ਇਹ ਹੁਣ ਕਹਿੰਦੇ ਵੀ ਇਹਦੀਆਂ ਮੈਨੂੰ ਕੁੱਕੀਆਂ ਬਣਾ ਕੇ ਦੇ ਕਹਿੰਦੇ ਆਪਾਂ ਇਹਦੀ ਵੀਡੀਓ ਬਣਾਉਣੀ ਹੈ ਇਹ ਮੈਂ ਵਾਹੀ ਜ਼ਿਆਦਾ ਲਿਆਂਦੇ ਸਵਾਦ ਬਹੁਤ ਲੱਗਦੀਆਂ ਨੇ ਬਾਹਰੋਂ ਆਣੀਆਂ ਚ ਫਿਰ ਜ਼ਿਆਦਾ ਕੁਛ ਹੋਰ ਕੁਛ ਪਾਇਆ ਹੁੰਦਾ ਬੜਾ ਕੁਛ ਮੈਂ ਚਲੋ ਆਪਾਂ ਘਰੇ ਬਣਾ ਲਾਂਗੇ ਨਾਲੇ 2 ਕਿਲੋ ਦਾ ਪੈਕਟ ਲਿਆਂਦਾ ਇੰਡੀਆ ਥੋੜੀਆਂ ਕ ਲਿਆਂਦੀਆਂ ਸੀਗੀਆਂ ਉਹ ਹੁਣ ਤੱਕ ਪਈਆਂ ਹੀ ਸੀਗੀਆਂ ਇੰਨੀਆਂ ਵਰਤੀਆਂ ਨਹੀਂ ਗੀਆਂ ਜਦੋਂ ਮੈਂ ਕੇਕ ਵਗੈਰਾ ਬਣਾਉਂਦੀ ਸੀ ਉਹਦੇ ਚ ਵਰਤ ਲੈਂਦੇ ਸੀਗੇ ਤੇ ਜਦੋਂ ਮੈਂ ਕੇਕ ਸਿੱਖਦੀ ਸੀਗੀ ਬ੍ਰੈਡ ਬੀਨਸ ਉੱਥੇ ਵਾਲੀਆਂ ਵਰਤਦੇ ਹੁੰਦੇ ਸੀ ਨਾ ਕਿਵੇਂ ਸਿੱਟੀ ਹੁੰਦੇ ਹੁੰਦੇ ਸੀ ਉਹਨਾਂ ਦੀਆਂ ਗਰਾਡਾਂ ਦੇ ਉੱਤੇ ਕੇਕ ਦੇ ਉੱਤੇ ਉਹ ਥੋੜੀ ਮੈਨੂੰ ਲੱਗਦਾ ਥੋੜੀ ਸਾਈਜ਼ ਦੀ ਛੋਟੀ ਹੁੰਦੀ ਸੀ ਸ਼ਾਇਦ ਹਾਂ ਇਹ ਸਾਈਜ਼ ਵੱਡਾ ਹਾਂ ਇਹ ਵੱਡਾ ਸਾਈਜ਼ ਆ ਉਹ ਥੋੜੀ ਛੋਟੀ ਹੁੰਦੀ ਸੀਗੀ ਉਹਨੂੰ ਕੇਕ ਦੇ ਉੱਤੇ ਐਨੀ ਐਨੀ ਲਾਉਂਦੇ ਸੀ ਮੈਂ ਸੋਚਦੀ ਹੁੰਦੀ ਸੀ ਜੇ ਮੈਂ ਘਰੇ ਬਣਾਉਣਾ ਹੋਵੇ ਫਿਰ ਇਹ ਕਿੰਨਾ ਔਖਾ ਜਿਹਾ ਲੱਗੇ ਵੀ ਕਿਉਂਕਿ ਅੱਧੀ ਵੇਸਟ ਵੀ ਜਾਂਦੀ ਸੀ ਜਦੋਂ ਲਾਉਂਦੇ ਸੀ ਅੱਧੀ ਚਿਪਕ ਕੇ ਥੱਲੇ ਡਿੱਗ ਪੈਂਦੀ ਸੀ ਉਹ ਗਿੱਲੀ ਜੀ ਹੋ ਜਾਂਦੀ ਸੀ ਵੈਸੇ ਉਹ ਵਰਤ ਲੈਂਦੇ ਸੀ ਕਿਉਂਕਿ ਉਹਨਾਂ ਦਾ ਤਾਂ ਡੇਲੀ ਦਾ ਹੀ ਉਹ ਸੀਗਾ ਡੇਲੀ ਇਹਨਾਂ ਨੂੰ ਕਿੰਨੇ ਆਰਡਰ ਆਉਂਦੇ ਸੀਗੇ ਜੇ ਆਪਾਂ ਘਰੇ ਬਣਾਉਣਾ ਫਿਰ ਆਪਣੀ ਅੱਧੀ ਵੇਸਟ ਹੋ ਜਾਂਦੀ ਆ ਤੇ ਤਾਂ ਕਰਕੇ ਆਪਾਂ ਉਹ ਕੇਕ ਘਰੇ ਬਣਾਉਂਦੇ ਨਹੀਂ ਹੈਗੇ ਨਹੀਂ ਉਹ ਸੌਖਾ ਆ ਤਾਂ ਆਪਾਂ ਹੁਣ ਆਪਣਾ ਪ੍ਰੋਸੈਸ ਸ਼ੁਰੂ ਕਰੀਏ ਤੇ ਆਪਾਂ ਇਹਦੇ ਵਿੱਚ 1/3 ਕੱਪ ਬਟਰ ਦਾ ਐਡ ਕਰਨਾ ਆਪਾਂ ਇਹਦੇ ਵਿੱਚ ਬਰਾਊਨ ਸ਼ੂਗਰ ਪਾਉਣੀ ਹੈਗੀ ਹਾਫ ਕੱਪ ਸ਼ੂਗਰ ਦਾ ਲੈਣਾ ਆਪਾਂ ਨੇ ਅੱਧੀ ਬਰਾਊਨ ਲੈ ਲਈ ਅੱਧੀ ਵਾਈਟ ਲੈ ਲਈ ਤੁਸੀਂ ਬਰਾਊਨ ਵੀ ਲੈ ਸਕਦੇ ਆ ਸਾਰੀ ਬਰਾਊਨ ਮੈਂ ਗ੍ਰਾਈਂਡ ਕਰਕੇ ਲੈ ਲਈ ਥੋੜ੍ਹੀ ਮੋਟੀ ਸੀਗੀ ਇਹਨੂੰ ਆਪਾਂ ਇਹਦੇ 'ਚ ਐਡ ਕਰ ਦੇਣਾ ਆਪਾਂ ਇਹਨੂੰ ਮਿਕਸ ਕਰਦੇ ਹਾਂ ਫਿਰ ਬਾਕੀ ਦਾ ਆਪਾਂ ਐਡ ਕਰਾਂਗੇ ਸਮਾਨ ਵਿੱਚ ਅਤੇ ਆਪਾਂ ਇਹ 'ਚ ਵਨੀਲਾ ਐਸੈਂਸ ਐਡ ਕਰਤਾ ਇਹਨੂੰ ਵੀ ਮਿਕਸ ਕਰ ਦਿੰਦੇ ਹਾਂ 2 ਚਮਚ ਆਪਾਂ ਨੇ ਕੋਰਨਫਲਾਵਰ ਦੇ ਲੈ ਲਏ ਦੂਜੀਆਂ ਕੁੱਕੀਆਂ ਦੇ ਵਿੱਚ ਆਪਾਂ ਕਸਟਰਡ ਪਾਊਡਰ ਪਾਉਣੇ ਹੁੰਦੇ ਆ ਇਹਦੇ ਵਿੱਚ ਉਹ ਨਹੀਂ ਪਾਇਆ ਇਹ ਇਕੱਲਾ ਪਾ ਲੈਂਦੇ ਹਾਂ ਅਤੇ ਸਾਰਾ ਕੁਛ ਛਾਣ ਕੇ ਲਵਾਂਗੇ 1/2 ਚਮਚ ਹੈਗਾ ਬੇਕਿੰਗ ਪਾਊਡਰ ਦਾ ਥੋੜ੍ਹਾ ਜਿਹਾ ਲਿਆ ਬੇਕਿੰਗ ਸੋਡਾ ਥੋੜ੍ਹਾ ਜਿਹਾ ਨਮਕ ਅਤੇ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਮੈਦਾ ਐਡ ਕਰ ਦਿੰਦੇ ਹਾਂ ਦਿਓ ਜੀ ਸਿੰਘ ਸਾਹਿਬ ਜੀ ਉਹ 'ਚ ਮੈਦਾ ਆਉਣਾ ਚਾਹੀਦਾ ਆਪਾਂ ਅਤੇ ਤੁਸੀਂ ਇਹਨੂੰ ਬੀਟਰ ਦੇ ਨਾਲ ਵੀ ਮਿਕਸ ਕਰ ਸਕਦੇ ਹੋ ਅਤੇ ਆਪਾਂ ਇਹਦੇ ਵਿੱਚ ਦੁੱਧ ਮਿਕਸ ਕਰਕੇ ਇਹਦਾ ਆਟਾ 'ਤੇ ਗੁੰਨ ਲੈਂਦੇ ਹਾਂ ਜਿੰਨਾ ਕੁ ਲੋੜ ਹੋਈ ਉਨਾ ਕੁ ਦੁੱਧ ਪਾ ਲਾਂਗੇ ਮੈਂ ਥੋੜ੍ਹਾ ਜਿਹਾ ਪਾ ਕੇ ਦੇਖਦੇ ਹਾਂ ਪਿਛਲੀ ਵਾਰ ਥੋੜ੍ਹਾ ਜਿਹਾ ਵੱਧ ਹੋ ਗਿਆ ਸੀ ਮੈਥੋਂ ਬਸ ਇਹਨੂੰ ਥੋੜ੍ਹਾ ਥੋੜ੍ਹਾ ਦੁੱਧ ਪਾ ਕੇ ਗੁੰਨੀ ਜਾਂਦੇ ਹਾਂ ਹੱਥਾਂ ਨਾਲ ਗੁੰਨਣਾ ਸੌਖਾ ਰਹਿੰਦਾ ਛੇਤੀ ਗੁੰਨਿਆ ਜਾਂਦਾ ਸਪੈ ਚੁੱਲ੍ਹੇ ਜਾਂ ਕਿਵੇਂ ਵੀ ਲੱਗ ਜਾਂਦਾ ਅਤੇ ਦੁੱਧ 'ਤੇ ਥੋੜ੍ਹਾ ਜਿਹਾ ਕੋਸਾ ਹੀ ਕੀਤਾ ਮਾਈਕਰੋ ਦੇ ਵਿੱਚ ਕਰ ਲਿਆ ਸੀ ਮਾੜਾ ਜਿਹਾ ਕੋਸਾ ਤੁਸੀਂ ਪਹਿਲਾਂ ਵੀ ਕੱਢ ਕੇ ਰੱਖ ਸਕਦੇ ਹੋ ਰੂਮ ਟੈਂਪਰੇਚਰ 'ਤੇ ਚਾਹੀਦਾ ਆਪਾਂ ਨੂੰ ਲਓ ਵੀ ਫਿਰ ਹੁਣ ਇਹ 'ਚ ਕਰੀਏ ਆਪਾਂ ਚਿਪਸ ਆਉਂਦਾ ਨਾ ਜਿਹੜਾ ਮੇਨ ਕੰਮ ਜਿਹਦੇ ਨਾਮ ਹੈ ਕੁੱਕੀਆਂ ਤਾਂ ਸਾਰੀਆਂ ਆਉਂਦੀਆਂ ਨੇ ਪਰ ਇਹ ਚੋਕਲੇਟ ਚਿਪਸ ਕੁੱਕੀਆਂ ਨੇ ਤੇ ਆਪਾਂ ਨੇ ਇਹ ਚਿਪਸ ਐਡ ਕਰ ਲਏ ਜੀ ਚਿਪਸ ਐਡ ਕਰ ਲਏ ਇਹ ਚਿਪਸ ਕਿਹੋ ਜਿਹੇ ਹੁੰਦੇ ਨੇ ਨਾ ਕਿੰਨੇ ਵੱਡੇ ਆ ਹਾਂ ਸਾਈਜ਼ ਵੱਡਾ ਹੈ ਖੜਕਦੇ ਵਾਲੇ ਨੇ ਤੇ ਇਹ ਫਿਰ ਹੁਣ ਤੁਹਾਡੇ ਹਿਸਾਬ ਤੇ ਆ ਤੁਸੀਂ ਵੱਧ ਕਰਨੇ ਚਾਹੁੰਦੇ ਆ ਵੱਧ ਕਰ ਲਓ ਘੱਟ ਖਾਣੇ ਚਾਹੁੰਦੇ ਆ ਘੱਟ ਕਰ ਲਓ ਮੈਂ ਤਾਂ ਸੋਚਦਾ ਸੀ ਜੇ ਹੋਰ ਕਰ ਲਓ ਬਾਕੀ ਗੁੰਨੇ ਤੇ ਦੇਖਾਂਗੇ ਕਿੰਨੇ ਬਣਦੇ ਆ ਤੇ ਇਹ ਜਿਹੜੇ ਚਿਪਸ ਹੁੰਦੇ ਨੇ ਇਹ ਬੇਸਿਕਲੀ ਬਣਾਈ ਇਸ ਤਰੀਕੇ ਨਾਲ ਹੁੰਦੇ ਨੇ ਵੀ ਜੇ ਮੈਲਟ ਨਹੀਂ ਹੁੰਦੇ ਹੈਗੇ ਉਹਦੇ ਵਿੱਚ ਪਤਾ ਨਹੀਂ ਕੀ ਐਡ ਕਰਦੇ ਹੋਣਗੇ ਹੁਣ ਵੀ ਜਦ ਆਪਾਂ ਇਹਨਾਂ ਨੂੰ ਕੁੱਕ ਕਰਦੇ ਹਾਂ ਤਾਂ ਇਹ ਮੈਲਟ ਨਹੀਂ ਹੁੰਦੇ ਇਹ ਆਪਣੀ ਫਾਰਮ ਦੇ ਵਿੱਚ ਰਹਿੰਦੇ ਹੀ ਨੇ ਬਹੁਤ ਕੜੇ ਆ ਹਾਂ ਸੌਫਟ ਸੁਫਟ ਹੋ ਜਾਂਦੇ ਟੁੱਟੇ ਕੁਛ ਨਹੀਂ ਹੋਇਆ ਉਹਨਾਂ ਦਾ ਹੱਥ ਨਾਲ ਪ੍ਰੈਸ਼ਰ ਪੈ ਰਿਹਾ ਵਾ ਨਹੀਂ ਜਮਾ ਹੀ ਨਹੀਂ ਬਹੁਤ ਕੜੇ ਨੇ ਤੇ ਪੂਰੇ ਕੜੇ ਬਣਾਉਂਦੇ ਨੇ ਇਹਨਾਂ ਨੂੰ ਪਤਾ ਨਹੀਂ ਕੀ ਕੁਛ ਐਡ ਕਰਦੇ ਹੋਣੇ ਵਿੱਚ ਕੁਛ ਕਹਿੰਦਾ ਨਹੀਂ ਹੋਊਗਾ ਕੋਈ ਐਡ ਕਰਨ ਜਿਹੜਾ ਉੱਥੇ ਦੇਖ ਲਓ ਪੜ ਕੇ ਹੋਰ ਪਾ ਲਈ ਮਾੜੇ ਜਿਹੇ ਨਹੀਂ ਮੈਂ ਕਹਿਣੀ ਉੱਤੇ ਜੇ ਲਾ ਦਾਂਗੇ ਆ ਤਾਂ ਡਿੱਗੀ ਜੇ ਜਾ ਰਹੇ ਆ ਵਿੱਚੋਂ ਪਰ ਉੱਤੇ ਪਰ ਠੀਕ ਆ ਜਿੰਨੇ ਕ ਨੇ ਬਹੁਤ ਨਹੀਂ ਪਾ ਲਈ ਨਹੀਂ ਫਿਰ ਅਗਲੀ ਵਾਰ ਪਾ ਲਾਂਗੇ ਦੇਖ ਲਾਂਗੇ ਪਾ ਦਨੀ ਹੈ ਜੇ ਤੁਸੀਂ ਦਿਲ 'ਚ ਨਹੀਂ ਰੱਖਣੀ ਗੱਲ ਪਾ ਦੇ ਚਲ ਮਾੜੇ ਜੇ ਸੋ ਸੋਚਿਆ ਵੀ ਯਾਰ ਚੋਕਲੇਟ ਚਿਪ ਕੁਕੀਜ਼ ਨੇ ਦੇਖੋ ਵਿੱਚ ਚੋਕਲੇਟ ਹੀ ਘੱਟ ਹੋਣ ਫਿਰ ਫਾਇਦਾ ਕੀ ਆ ਇਸ ਲਈ ਆਪਾਂ ਹੋਰ ਥੋੜ੍ਹੇ ਜਿਹੇ ਐਡ ਕਰ ਲਏ ਕੋਈ ਕੰਮ ਨਹੀਂ ਵੀਰ ਸਾਡੇ ਹੋਰ ਕੋਈ ਬਸ ਉਹਦਾ ਹੋ ਗਿਆ 4-5 ਕਿ ਰਹਿ ਗਏ ਬਾਹਰ ਜਿਹੜੇ ਬੁੜਕ ਦੇ ਉਹ ਕੈੜੀ ਨੇ ਪਤਾ ਅੰਦਰ ਨਾ ਮੈਚ ਨਹੀਂ ਹੋਣਾ ਵਿੱਚ ਆ ਗਿਆ ਇੰਨੀ ਹੀਟ ਦੇ ਵਿੱਚ ਪਤਾ ਨਹੀਂ ਕੀ ਚੱਕਾਂ ਦੇ ਬਣਾਏ ਦੰਦ ਚੱਬ ਦੇਣਗੇ ਮੈਂ ਤਾਂ ਆਹ ਕੀ ਕਰਾਂ ਹਾਂ ਹਾਂ ਸੌਫਟ ਹੋ ਜਾਣਾ ਨਾ ਇਹਨਾਂ ਨੇ ਫਿਰ ਠੀਕ ਉਹ ਵੀ ਸੌਫਟ ਹੋ ਜਾਣਾ ਵਿੱਚ ਉਹਨਾਂ ਨੂੰ ਪਤਾ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਦੂਜੇ ਰੋਡ ਚਾਕਲੇਟ ਵੀ
ਜਰੂਰ ਚਾਕਲੇਟ ਵੀ ਥੋੜਾ ਬਹੁਤ ਐਡ ਕਰ ਸਕਦੇ ਹਾਂ ਬਸ ਫਿਰ ਕੋਈ ਫਾਇਦਾ ਨਹੀਂ ਹੈ ਕਰ ਫਿਰ ਚਾਕਲੇਟ ਕੁਕੀਜ਼ ਬਣ ਜਾਣਗੀਆਂ ਤੇ ਹੁਣ ਆਪਾਂ ਨੇ ਇਹਨੂੰ ਗੋਲ ਗੋਲ ਪੀੜਾ ਜਿਹਾ ਕਰ ਦੇਣਾ ਵਾ ਜਿਹੜੀ ਸ਼ੇਪ ਜੀ ਚ ਰੱਖਣਾ ਰੱਖ ਦੋ ਸਿੰਘ ਸਾਹਿਬ ਕਹਿੰਦੇ ਥੋੜਾ ਵੱਡਾ ਰੱਖਣਾ ਮੈਂ ਇੱਕ ਇੱਕ ਅੱਧੀ ਵੱਡੀ ਬਣਾਵਾਂਗੇ ਜ਼ਿਆਦਾ ਇਹਦਾ ਜ਼ਿਆਦਾ ਛੋਟੀਆਂ ਕਰ ਲਾਂ ਇਹਨਾਂ ਦੇ ਮੈਲਟ ਹੋ ਕੇ ਹੋ ਜਾਣਾ ਵਾ ਫਲੈਟ ਹੀ ਹੋ ਜਾਣਾ ਵਾ ਪਹਿਲਾਂ ਪਹਿਲਾਂ ਗੋਲ ਜਿਹੀ ਰੱਖਦੇ ਨੇ ਸਾਰੇ ਇੱਕ ਪਾਸੇ ਆ ਗਏ ਪਪਾ ਮੈਨੂੰ ਤਾਂ ਜ਼ਿਆਦਾ ਪਾਸੇ ਬਣੇ ਉਹ ਪਾਪੀ ਚਲੇ ਜੀ ਤਾਂ ਚਾਰ ਪੰਜ ਇਕੱਠੀ ਲੱਗੇ ਹੋਏ ਉਹ ਲਾਏ ਨੇ ਉੱਤੋਂ ਪਹਿਲੀ ਟ੍ਰੇ ਹੀ ਆਪਣੀ ਡੈਡੀ ਆ ਓਵਨ ਦੇ ਵਿੱਚ ਰੱਖ ਦਈਏ ਕਿਉਂਕਿ ਪਤਾ ਨਹੀਂ ਕਿੰਨੀਆਂ ਕੁ ਫੈਲਣਗੀਆਂ ਇਸ ਲਈ ਦੂਰ ਦੂਰੇ ਰੱਖੀਆਂ ਨੇ ਤੇ ਹੁਣ ਦੂਜੀ ਟ੍ਰੇ ਸ਼ੁਰੂ ਕਰਨ ਲੱਗੇ ਆ ਇਹ ਵੀ ਦੂਰ ਦੂਰੇ ਰੱਖਣੀਆਂ ਜੇ ਮੈਨੂੰ ਲੱਗਦਾ ਤਿੰਨ ਕੀ ਆਉਣਗੀਆਂ ਮਸਾਂ ਤਿੰਨ ਤਿੰਨ ਛੇ ਮਤਲਬ ਇਹ ਕੋਸ਼ਿਸ਼ ਤਾਂ ਹੈਗੀ ਆ ਆ ਜਾਣ ਸਾਰੀਆਂ ਦਾ ਥੋੜੇ ਵੱਡੇ ਹੀ ਰੱਖ ਲੀਆਂ ਪਹਿਲੇ ਨਹੀਂ ਸਿੰਘ ਸਾਹਿਬ ਕਿਤੇ ਕੰਮ ਜਾਣਾ ਖਰਾਬ ਹੋ ਜੀ ਦੇਖਾਂਗੇ ਕਿੰਨੀਆਂ ਕੁ ਫੈਲਦੀਆਂ ਨੇ ਕੀ ਹਿਸਾਬ ਕਿਤਾਬ ਹੁੰਦਾ ਇਹਨਾਂ ਦਾ ਜਿਹੜੀਆਂ ਪਹਿਲੀਆਂ ਕੁੱਕੀਆਂ ਸੀ ਜੀ ਉਹ ਆਪਣੀਆਂ ਮੋਟੀਆਂ ਸੀਗੀਆਂ ਥੋੜੀਆਂ ਜੀ ਇਹ ਸਾਡੀ ਜ਼ਿਆਦਾ ਐਕਸਪੈਕਟਡ ਕੀਤਾ ਸੀ ਥੋੜੀਆਂ ਮੈਲਟ ਹੋਣਗੀਆਂ ਉਨੀਆਂ ਹੋਈਆਂ ਨੇ ਤੇ ਥੋੜੀਆਂ ਮੋਟੀਆਂ ਜਿਹੜੀਆਂ ਦੂਜੀਆਂ ਸੀਗੀਆਂ ਫਿਰ ਅਸੀਂ ਦੂਜੇ ਬੈਚ ਥੋੜੀਆਂ ਜਿਹੀਆਂ ਫਲੈਟ ਕਰਕੇ ਪਾ ਲਈਆਂ ਸੀਗੀਆਂ ਤੇ ਇਹ ਹੁਣ ਖਾ ਕੇ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ ਹੁਣ ਤਾਂ ਕੀ ਖਾਣੀਆਂ ਹੁਣ ਸ਼ਾਮ ਦਾ ਵੇਲਾ ਹੋ ਗਿਆ ਊਂ ਇੱਕ ਅੱਧੀ ਬਿਹਾਈਂਡ ਦਾ ਸੀਨ ਸ਼ਾਇਦ ਬਾਅਦ ਚੋਂ ਖਾ ਵੀ ਦੇਈਏ ਰੋਟੀ ਰੋਟੀ ਖਾ ਕੇ ਪਰ ਮੈਂ ਸੋਚਦਾ ਵੀ ਕੱਲ੍ਹ ਨੂੰ ਖਾਵਾਂਗੇ ਇਹਨਾਂ ਨੂੰ ਗਰਮ ਆਹ ਚੱਕ ਲਾ ਪਹਿਲਾਂ ਠੰਡੀ ਹੁੰਦੀ ਉਹ ਤਾਂ ਹੁਣੇ ਕੱਢੀਆਂ ਤੇ ਇੱਕ ਹਾਲੇ ਵਿੱਚ ਵੱਡੀ ਕੁੱਕੀ ਉਹ ਕੁੱਕਾ ਵੱਡਾ ਰੱਖਿਆ ਹੋਇਆ ਵਾ ਇਹ ਛੋਟੇ ਵਾਲੀਆਂ ਕੱਢ ਲਈਏ ਆਹ ਵਾਲੀ ਘੰਟ ਲੱਗਦੀ ਆ ਚਾਕਲੇਟ ਜਿਪਸੀ ਮਾੜੇ ਮਾੜੇ ਮੈਲਟ ਹੋਏ ਨੇ ਜ਼ਿਆਦਾ ਨਹੀਂ ਹੋਏ ਹੈਗੇ ਜਮਾਂ ਹੀ ਮਾੜੇ ਮਾੜੇ ਜਿਹੇ ਹੋਏ ਨੇ ਵਿੱਚ ਤਾਂ ਨਹੀਂ ਮੈਲਟ ਹੋਏ ਬਸ ਜਿਨ੍ਹਾਂ ਨੂੰ ਹੱਥ ਟੱਚ ਕੀਤਾ ਜਿਹੜੇ ਬਾਹਰ ਬਾਹਰ ਨੇ ਮਾੜੇ ਜੇ ਉਹ ਨੇ ਮਤਲਬ ਕਿ ਅਸੀਂ 10 12 ਮਿੰਟ 15 ਮਿੰਟ ਇੰਨਾ ਟਾਈਮ ਲੱਗਦਾ ਇਹਨੂੰ ਰੇ ਤੁਹਾਡੇ ਉਹਨ ਦੇ ਹਿਸਾਬ ਤੇ ਹੋਊਗਾ ਤੇ ਕਾਫੀ ਬਣ ਗਿਆ ਸਾਨੂੰ ਐਸੀ ਘੱਟ ਬਣਨਗੀਆਂ ਹਲੇ ਇੱਕ ਵੱਡੀ ਵਿੱਚ ਪਈ ਆ ਆਪਾਂ ਕੱਲ ਨੂੰ ਖਾਵਾਂਗੇ ਜੀ ਸਵੇਰੇ ਚਾਹ ਨਾਲ ਇਹਨਾਂ ਨੂੰ ਤੇ ਇੱਧਰ ਜੀ ਆਪਣੀ ਆਖਰੀ ਵਾਲੀ ਕੁੱਕੀ ਵੱਡੀ ਕੁੱਕੀ ਵੀ ਬਣ ਕੇ ਰੈਡੀ ਹੋ ਗਈ ਨੈਕਸਟ ਡੇ ਆ ਗਿਆ ਜੀ ਆਹ ਮੈਨੂੰ ਲੱਗਦਾ ਜਿਹੜੀ ਸਭ ਤੋਂ ਪਹਿਲਾਂ ਰੱਖੀ ਸੀ ਉਹ ਵਾਲੀ ਆ ਤੇ ਆਹ ਜਿਹੜੀ ਸਭ ਤੋਂ ਵੱਡੀ ਕੁੱਕੀ ਬਣਾਈ ਸੀ ਉਹ ਵਾਲੀ ਆ ਤੇ ਜਿਹੜੀਆਂ ਪਤਲੀਆਂ ਨੇ ਜਿਹੜੀਆਂ ਬਾਅਦ ਚੋਂ ਪ੍ਰੈਸ ਕਰਕੇ ਬਣਾਈਆਂ ਸੀਗੀਆਂ ਇਹ ਵੱਧ ਜ਼ਿਆਦਾ ਸਵਾਦ ਬਣੀਆਂ ਨੇ ਕੱਲ੍ਹ ਇੱਕ ਵੈਸੇ ਖਾ ਲਈ ਸੀ ਮੈਂ ਆਹ ਮੋਟੀ ਥੋੜ੍ਹੀ ਜਿਹੀ ਜ਼ਿਆਦਾ ਮੋਟੀ ਆ ਉਹ ਤਾਂ ਇਹ ਵੀ ਸਵਾਦ ਆ ਮਿੱਠੀ ਮਤਲਬ ਚੀਜ਼ਾਂ ਤਾਂ ਹੈਗੀਆਂ ਨੇ ਬਟ ਇਹ ਜ਼ਿਆਦਾ ਮੋਟੀ ਕਰਕੇ ਥੋੜ੍ਹਾ ਇਹਦਾ ਅਜੀਬ ਹੀ ਲੱਗਦੀ ਆ ਥੋੜ੍ਹੀ ਜਿਹੀ ਖਾਣੀ ਅਤੇ ਮੈਂ ਹੀ ਕਿਹਾ ਸੀ ਮੋਟੀ ਰੱਖਣ ਨੂੰ ਅਤੇ ਇਹਦੇ ਵਿੱਚ ਜਿਵੇਂ ਸ਼ਾਇਦ ਮੈਂ ਕਹਿੰਦੀ ਸੀ ਵੀ ਆਪਣਾ ਮੱਖਣ ਘੱਟ ਰਹਿ ਗਿਆ ਥੋੜ੍ਹਾ ਜਿਹਾ ਆਪਾਂ ਹੋਰ ਮੱਖਣ ਪਾ ਲੈਂਦੇ ਤਾਂ ਇਹ ਹੋਰ ਜ਼ਿਆਦਾ ਮੁਲਾਇਮ ਹੋ ਜਾਣੀਆਂ ਸੀਗੀਆਂ ਉੱਦਾਂ ਦਾ ਸਵਾਦ ਬਣੀਆਂ ਨੇ ਪਰ ਮੈਨੂੰ ਲੱਗਦਾ ਵੀ ਥੋੜ੍ਹੀਆਂ ਜਿਹੀਆਂ ਪਤਾ ਨਹੀਂ ਹਾਂ ਇੱਦਾਂ ਦੀਆਂ ਨੇ ਬਾਹਰੋਂ ਹਾਰਡ ਨੇ ਅੰਦਰੋਂ ਥੋੜ੍ਹੀਆਂ ਜਿਹੀਆਂ ਬੋਲੀਆਂ ਨੇ ਪਰ ਚਾਕਲੇਟ ਚਿਪ ਬਹੁਤ ਜ਼ਿਆਦਾ ਪਏ ਹੋਏ ਨੇ ਵਿੱਚ ਮੈਨੂੰ ਲੱਗਦਾ ਅੱਜ ਕੱਲ੍ਹ ਨਾਲੋਂ ਵੱਧ ਸਵਾਦ ਹੋ ਗਈਆਂ ਪਈਆਂ ਬੇਕਿੰਗ ਵਾਲੀ ਚੀਜ਼ਾਂ ਟਾਈਮ ਜਿਹਾ ਜਦੋਂ ਦੇ ਦਿੰਦੇ ਹਾਂ ਥੋੜ੍ਹਾ ਜਿਹਾ ਉਹ ਤੋਂ ਬਾਅਦ ਵੱਧ ਸਵਾਦ ਹੋ ਜਾਂਦੀਆਂ ਨੇ ਅਤੇ ਦੁਬਾਰਾ ਬਣਾਵਾਂਗੇ ਫਿਰ ਥੋੜ੍ਹੀਆਂ ਹੋਰ ਇਹ 'ਚ ਮਸਾਲਾ ਪਾ ਕੇ ਬਟਰ ਬੁਟਰ ਚੰਗੀ ਤਰ੍ਹਾਂ ਹੋਰ ਪਾ ਕੇ ਫਿਰ ਬਣਾਵਾਂਗੇ ਖਾਣ ਤੋਂ ਪਹਿਲਾਂ ਮੈਂ ਵੀਡੀਓਜ਼ ਦੇਖ ਰਿਹਾ ਸੀ ਹੈ ਨਾ ਉੱਪਰ ਚੱਲਦੀਆਂ ਨੇ ਜਿਹੜੀ ਤੁਹਾਨੂੰ ਪਤਾ ਰਿਵਰਸ ਮਾਈਗ੍ਰੇਸ਼ਨ ਵਾਲੀਆਂ ਨਾ ਵੀ ਵਾਪਸ ਜਾ ਰਹੇ ਨੇ ਮੁੰਡੇ ਸੋ ਦੋਨੇ ਆਪੋਜ਼ਿਟ ਐਂਡਸ ਨੇ ਕੈਨੇਡਾ ਨੂੰ ਕੋਈ ਵੀ ਕਹਿੰਦਾ ਵੀ ਹੈ ਨਾ ਵੀ ਉੱਥੇ ਆਹ ਨਹੀਂ ਸੀਗਾ ਦੋਨਾਂ ਦੇ ਪੁਆਇੰਟ ਵੀ ਸਹੀ ਨੇ ਇਹ ਚੀਜ਼ ਨੂੰ ਮਤਲਬ ਕਿ ਇੱਕ ਹੈਲਦੀ ਆਰਗੂਮੈਂਟ ਦੀ ਥਾਂ 'ਤੇ ਉੱਥੇ ਇੱਕ ਦੂਜੇ ਦੇ ਨੁਕਸੇ ਕੱਢਣੇ ਵੀ ਇਹ ਤੋਂ ਕੰਮ ਨਹੀਂ ਹੋਇਆ ਹੋਣਾ ਇਹ ਤੋਂ ਐਂ ਨਹੀਂ ਹੋਇਆ ਹੋਣਾ ਉਹ ਹਰੇਕ ਦੀ ਅਲੱਗ ਲਾਈਫ ਸਟਾਈਲ ਆ ਅਲੱਗ ਚੋਇਸਿਸ ਨੇ ਰਿਸ਼ਤੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਇਹ ਗੱਲ ਹੈਗੀ ਆ ਮੰਨਣ ਵਾਲੀ ਆਪਾਂ ਸਾਰੀ ਵਿੱਚ ਇਹ ਗੱਲ ਦੇ ਸ਼ਾਮਿਲ ਆ ਵੀ ਕੋਈ ਵੀ ਇੱਕ ਕੰਮ ਸ਼ੁਰੂ ਹੁੰਦਾ ਸਾਰੇ ਉਹਦੇ ਵਿੱਚ ਪੈ ਜਾਂਦੇ ਨੇ ਅਤੇ ਇੰਜੀਨੀਅਰਿੰਗ ਕਾਲਜ ਖੁੱਲ੍ਹੇ ਸੀ ਸਾਰੇ ਇੰਜੀਨੀਅਰਿੰਗ ਪੰਜਾਬ ਦੇ ਵਿੱਚ ਇੰਜੀਨੀਅਰ ਇੰਜੀਨੀਅਰ ਹੋ ਗਏ ਸੀ ਆਈਲੈਟ ਸੈਂਟਰ ਖੁੱਲ੍ਹੇ ਸਾਰੇ ਇਹਦੇ ਆਈਲੈਟ ਸੈਂਟਰ ਹੀ ਨੇ ਨਾ ਸਿਮੀਲਰਲੀ ਵੀ ਕੈਨੇਡਾ ਆਉਣ ਦਾ ਰੁਝਾਨ ਹੁਣ ਕਈ ਬੰਦਿਆਂ ਦਾ ਮੈਂ ਸੁਣਿਆ ਜਾਂ ਮੈਨੂੰ ਮਿਲੇ ਨੇ ਜਿਵੇਂ ਇੰਡੀਆ ਦੇ ਵਿੱਚ ਉਹਨਾਂ ਨੂੰ ਕੋਈ ਲੋੜ ਨਹੀਂ ਸੀਗੀ ਇੰਡੀਆ ਦੇ ਵਿੱਚ ਬਹੁਤ ਵਧੀਆ ਹਾਈ ਪੇਇੰਗ ਜੋਬਸ ਸੀਗੇ ਜਿੱਦਾਂ ਵੀ ਮਹੀਨੇ ਦਾ 2 ਲੱਖ ਰੁਪਇਆ ਹਸਬੈਂਡ ਕਮਾ ਰਿਹਾ ਵਾਈਫ 1.5 ਲੱਖ ਕਮਾ ਰਹੀ ਹੈ ਮਹੀਨੇ ਦਾ ਤਿੰਨ 2.5 ਲੱਖ ਘਰੇ ਆ ਰਿਹਾ ਵਾ ਅਤੇ ਘਰ ਬਾਰ ਹੈਗਾ ਸਾਰਾ ਕੁਛ ਹੈਗਾ ਕੁਛ ਸਟਾਰਟ ਕਰਨ ਦੀ ਲੋੜ ਨਹੀਂ ਜ਼ੀਰੋ ਤੋਂ ਉਹ ਵੀ ਕੈਨੇਡਾ ਆ ਗਏ ਬਟ ਹੁਣ ਉਹਨਾਂ ਨੂੰ ਵੀ ਲੱਗ ਰਿਹਾ ਵੀ ਯਾਰ ਸ਼ਾਇਦ ਸਾਨੂੰ ਆਉਣਾ ਨਹੀਂ ਚਾਹੀਦਾ ਸੀਗਾ ਅੱਜ ਤੋਂ 20 ਸਾਲ ਪਹਿਲਾਂ ਆਉਣ ਵਾਲੇ ਬੰਦੇ ਦਾ ਬਹੁਤ ਫਰਕ ਸੀਗਾ ਹੁਣ ਇੰਡੀਆ ਦੇ ਵਿੱਚ ਸਾਰਾ ਕੁਛ ਆ ਅੱਗੇ ਇੰਡੀਆ ਦੇ ਵਿੱਚ ਮਾਈਕ੍ਰੋਵੇਵ ਓਵਨ ਈਵਨ ਕਿਚਨ ਕੈਬਨਿਟ ਆ ਆਪਣੇ ਸਿਰਫ ਕਾਊਂਟਰ ਜਿਹਾ ਬਣਿਆ ਹੁੰਦਾ ਸੀ ਪਿੰਡਾਂ ਦੇ ਵਿੱਚ ਤਾਂ ਚੁੱਲ੍ਹੇ 'ਤੇ ਹੀ ਬਣਦਾ ਸੀਗਾ ਹੈ ਨਾ ਏਸੀ ਹੋ ਗਏ ਹੀਟਰ ਹੋ ਗਏ ਵਾਸ਼ਿੰਗ ਮਸ਼ੀਨਾਂ ਫਰਿੱਜਾਂ ਟੈਲੀਫੋਨ ਮੋਬਾਈਲ ਫੋਨ ਇੰਟਰਨੈਟ ਸਾਰਾ ਕੁਛ ਇੰਡੀਆ ਵਿੱਚ ਸੋ ਬੰਦੇ ਨੂੰ ਲੱਗਦਾ ਯਾਰ ਮੈਂ ਉਹ ਰਿਹਾ ਗਲਤੀ ਤਾਂ ਨਹੀਂ ਕਰ ਰਿਹਾ ਹੈਗਾ ਅਤੇ ਜਿਹੜੇ ਕਈ ਨਵੀਆਂ ਸਿਟੀਜ਼ ਨਵੀਆਂ ਡਿਵੈਲਪਮੈਂਟ ਹੁੰਦੀਆਂ ਨੇ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਉਹ ਹੁੰਦੀਆਂ ਵੀ ਬਹੁਤ ਸੋਹਣੀਆਂ ਨੇ ਗੱਲ ਮੁੱਕ ਕੇ ਆ ਜਾਂਦੀ ਸਾਰੀ ਗੱਲ ਘੁੰਮ ਘੁੰਮਾ ਕੇ ਮੋਸਟਲੀ ਜਿਹੜੀ ਜ਼ਿਆਦਾ ਗੱਲ ਆਉਂਦੀ ਉਹ ਪੈਸੇ 'ਤੇ ਹੁੰਦੀ ਆ ਕਈ ਬੰਦਿਆਂ ਕੋਲ ਜਿਹਨਾਂ ਨੂੰ ਕੋਈ 25-30 ਕਿੱਲੇ ਵਾਲੇ ਮੁੰਡੇ ਨੇ ਇੱਧਰ ਆਉਂਦੇ ਨੇ ਉਹਨਾਂ ਨੂੰ ਔਖਾ ਲੱਗਦਾ ਯਾਰ ਕੰਮ ਕਰਨਾ ਵੀ ਉਰੇ ਅਸੀਂ ਕਿਸੇ ਥੱਲੇ ਕਿਉਂ ਕੰਮ ਕਰੀਏ ਤਾਂ ਸਰਦਾਰ ਸੀਗੇ ਫਿਰ ਉਹ ਮੁੜ ਜਾਂਦੇ ਨੇ ਓਬਵੀਅਸਲੀ ਜੇ ਹੁਣ ਕਿਸੇ ਬੰਦੇ ਕੋਲ ਇੰਡੀਆ ਦੇ ਵਿੱਚ 40-50 ਕਿੱਲੇ ਹੋਣ ਕੋਠੀ ਪਈ ਹੋਵੇ ਵੱਡੀ ਘਰੇ 2-3 ਗੱਡੀਆਂ ਖੜੀਆਂ ਨੇ ਟਰੈਕਟਰ
ਉਹਨੂੰ ਰਿਹਾ ਕਿ ਔਖਾ ਲੱਗੂਗਾ ਕਿਤੇ ਨਾ ਕਿਤੇ ਅਤੇ ਉਹਨੂੰ ਆਉਣਾ ਵੀ ਨਹੀਂ ਚਾਹੀਦਾ ਅਤੇ ਮੈਂ ਉਹ ਸਿਚੁਏਸ਼ਨ ਦੇ ਵਿੱਚ ਹੋਣਾ ਸ਼ਾਇਦ ਮੈਂ ਕਦੇ ਨਾ ਕੈਨੇਡਾ ਆਵਾਂ ਜੇ ਮੇਰਾ ਰੌਣਕ ਚੱਲਦਾ ਹੋਵੇ ਹੈ ਨਾ ਅਤੇ ਬਾਕੀ ਹਰੇਕ ਦੀ ਆਪਣੀ ਸੋਚ ਆ ਬਟ ਆਇਆ ਵੀ ਕਿਸੇ ਨੇ ਵੀਡੀਓ ਪਾਈ ਸੀ ਕਹਿੰਦਾ ਮੁੰਡੇ ਹੀ ਸਾਰੇ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ ਨੇ ਕੁੜੀ ਕੋਈ ਨਹੀਂ ਕਰ ਰਹੀ ਹੈਗੀ ਕਿਉਂਕਿ ਕੁੜੀਆਂ ਨੂੰ ਰੇ ਆਜ਼ਾਦੀ ਆ ਜੋ ਬਾਈ ਦੀ ਵੀਡੀਓ ਸੀਗੀ ਉਹ ਇਹੀ ਗੱਲ ਕਹਿ ਰਿਹਾ ਸੀਗਾ ਉਹਦੇ ਵਿੱਚ ਕਹਿੰਦਾ ਤੁਸੀਂ ਕੁੜੀ ਨੂੰ ਕੁਛ ਕਹਿ ਨਹੀਂ ਸਕਦੇ ਆਪਣੀ ਭੈਣ ਨੂੰ ਆਪਣੀ ਘਰ ਵਾਲੀ ਦੀ ਆਪਣੀ ਧੀ ਨੂੰ ਵੀ ਉੱਥੇ ਲੇਡੀਜ਼ ਦੀ ਜ਼ਿਆਦਾ ਸੁਣੀ ਜਾਂਦੀ ਹੈ ਵੀ ਬੰਦੇ 'ਚ ਅਣਖ ਜੀ ਨਹੀਂ ਰਹਿੰਦੀ ਹੈਗੀ ਉਹ ਜੀ ਨਾਲ ਉਹਨੂੰ ਨੈਗੇਟਿਵ ਵੀ ਲੈ ਕੇ ਜਾ ਰਹੇ ਸੀ ਕਈ ਬੰਦੇ ਵੀ ਇਹ ਸਾਰਾ ਘਰ ਵਾਲੀ ਦੇ ਥੱਲੇ ਲੱਗਿਆ ਹੋਣਾ ਵਾ ਐਂ ਬਹੁਤ ਮਤਲਬ ਕਮੈਂਟ ਸੀਗੇ ਅਤੇ ਵਿੱਚ ਇੱਕ ਦੋ ਲੇਡੀਜ਼ ਦੇ ਪੋਜ਼ੀਟਿਵ ਕਮੈਂਟ ਸੀ ਕਹਿੰਦੇ ਵੀ ਹਾਂਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀ ਉਹ ਕੁੜੀਆਂ ਨੂੰ ਬਹੁਤ ਆਜ਼ਾਦੀ ਹੈ ਨਾ ਵੀ ਕੋਈ ਕਿਸੇ ਨਾਲ ਵੀ ਤੁਰਦਾ ਫਿਰਦਾ ਵਾ ਵੀ 18-18 ਸਾਲ ਦੇ ਬੱਚੇ 19-19 ਸਾਲ ਦੇ ਜਵਾਕ ਆ ਜਾਂਦੇ ਨੇ ਉਹਨਾਂ ਕੋਈ ਸਮਝ ਨਹੀਂ ਹੁੰਦੀ ਹੈਗੀ ਸੋ ਦੋਨੇ ਚੀਜ਼ਾਂ ਚੱਲ ਰਹੀਆਂ ਨੇ ਅਤੇ ਜੇ ਆਪਾਂ ਗੱਲ ਕਰੀਏ ਵੀ ਕੈਨੇਡਾ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਸੀ ਉੱਥੋਂ ਪਹਿਲਾਂ ਨਾਲੋਂ ਤਾਂ ਥੋੜ੍ਹਾ ਜਿਹਾ ਡਾਊਨ ਆਇਆ ਇਹ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਮੰਨਣੀ ਪੈਣੀ ਜਿਹੜੇ ਉੱਥੇ ਉਰੇ ਰਹਿੰਦੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਇਹ ਗੱਲ ਦਾ ਬਟ ਸਟਿਲ ਦੂਜੇ ਪਾਸੇ ਇੰਡੀਆ ਦੇ ਵਿੱਚ ਆਪਾਂ ਜਾਂਦੇ ਹਾਂ ਜੋਬ ਉੱਥੇ ਵੀ ਕਿੰਨਾ ਕੁਛ ਹੈ ਨਾ ਮਹਿੰਗਾਈ ਸਪੈਸ਼ਲੀ ਪਾਕਿਸਤਾਨ ਦੇ ਵਿੱਚ ਕਹਿੰਦੇ ਇਕੱਠੇ 20 ਰੁਪਏ ਪਰ ਤੇਲ ਚੱਕਤਾ ਸੋ ਸਾਰੇ ਪਾਸੇ ਮਤਲਬ ਕਿ ਸਿਸਟਮ ਇਸ ਟਾਈਮ ਦੁਨੀਆ ਦਾ ਹਿੱਲਿਆ ਜਿਹਾ ਪਿਆ ਵਾ ਸੋ ਰੱਬ ਜਿੱਥੇ ਵੀ ਰੱਖੇ ਰਾਜ਼ੀ ਰੱਖੇ ਜੀ ਅਤੇ ਕੁੱਕੀਆਂ ਤੋਂ ਚੱਲਦੀ ਚੱਲਦੀ ਗੱਲ ਹੋਰ ਪਾਸੇ ਚਲੀ ਗਈ ਕੁੱਕੀਆਂ ਬਹੁਤ ਸਵਾਦ ਬਣੀਆਂ ਨੇ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।